तोबा तोबा भी बच्चा तो लाशा तो थोड़ी लाऊंगे। किसी के लिए अच्छा ओए हो हो बड़ा माड़ा बड़ा एडे बच्चे कहां खादी जांदे एडे बच्चे अच्छा अच्छा ਤੇ ਉਹ ਇੰਨਾ ਜ਼ੁਲਮ ਹੋਇਆ ਸੀ ਬੜਾ ਜ਼ੁਲਮ ਪੱਤਰ ਹੋਇਆ ਸੀ ਤੂੰ ਦੱਸਦੇ ਨੇ ਵੀ ਲਾਸ਼ਾਂ ਤੋਂ ਹੀ ਲੰਘ ਕੇ ਆਉਂਦੇ ਲੰਘ ਤੋਂ ਦੀ ਲੰਘ ਤੇ ਕਾਂ ਖਾਂਦੇ ਸੀ ਓਏ ਹੋਏ ਕੋਈ ਦਫਨਾਇਆ ਨਹੀਂ ਦਫਨਾਉਣ ਵਾਲਾ ਕੋਈ ਨਾ ਬਣਾ ਕਿੰਨੇ ਸੀ ਹਾਂ ਸਾ ਹਰ ਕਿਸਮ ਆਪੋ ਆਪਣੀ ਪਈ ਹੋਈ ਸੀ ਮੀਂਹ ਮੂੰਹ ਵੀ ਬੜਾ ਪਿਆ ਸੀ ਉਦੋਂ ਮੀਂਹ ਵੀ ਬੜਾ ਬੇਤਾਸ਼ਾ ਇੰਨਾ ਮੀਂਹ ਪੈਂਦਾ ਹੁੰਦਾ ਸੀ ਲੋਕ ਆਨੇ ਸੀ ਕਿ ਅੱਲਾ ਤੂੰ ਮਾਫ ਕਰ ਅੱਲਾ ਤੂੰ ਮਾਫ ਕਰ ਅੱਛਾ ਐਡਾ ਡਾ ਪਾਣੀ ਓਏ ਹੋਏ ਐਡਾ ਡਾ ਗੋਡੇ ਇੱਥੇ ਟਿਕਰ ਪਾਣੀ ਲੋਕ ਸੁਣਿਆ ਦੱਸਦੇ ਨਹਿਰਾਂ 'ਚ ਐਂ ਲਾਲ ਲਾਲ ਸੂਈਆਂ ਨਹਿਰਾਂ 'ਤੇ ਪਾਣੀ ਦਰਿਆਵਾਂ ਦੇ ਲਾਲ ਸੁਰ ਲਾਸ਼ਾਂ ਦੇ ਵਿੱਚ ਇਵੇਂ ਅਤੇ ਉਹ ਬੇਬੇ ਸਾੜੀ ਓਏ ਹੋਏ ਜੇ ਬਾਹਰ ਨੇ ਤਾਂ ਬਾਹਰ ਕਾਵਾਂ ਖਿੱਚਣੀ ਉਹ ਅੱਛਾ ਉਸ ਤੋਂ ਪਹਿਲੇ ਤਾਂ ਕਹਿੰਦੇ ਲੋਕ ਬੜੇ ਪਿਆਰ ਨੂੰ ਮੁਦਰਾ ਰਹਿੰਦੇ ਸਾਰੇ ਪਿਆਰ ਮੈਂ ਬਚਰਾ ਅੱਛਾ ਭੈਣਾਂ ਭਰਾਵਾਂ ਤਰ੍ਹਾਂ ਰਹਿੰਦੇ ਸੀ ਬਿਲਕੁਲ 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 ਆਉਣ ਜਾਉਣ ਵਾਵਾ ਸੀ ਸਿੱਖਾਂ ਲੋਕਾਂ ਦਾ ਮੈਂ ਆਈ ਮੇਰੇ ਪਿਓ ਮੜੇ ਮੇ ਵੀ ਲਿਆਉਂਦਾ ਸੀ ਦੀਦੀ ਲਿਆਉਂਦਾ ਸੀ ਕਾਲ ਹਾਂ ਇਸਾਨੇ ਆਏ ਦੇ ਵੀ ਜਾਣਾ ਨਾਜੂ ਆਏ ਦੇ ਵੀ ਜਾਣਾ ਸੱਜੂ ਆਏ ਦੇ ਨੇ ਵੀ ਯਾਰੇ ਵਾਲੇ ਦੇ ਨੇ ਅੱਛਾ ਇਹ ਸਾਰੇ ਪਿੰਡ ਮੇਰੇ ਪਿਓ ਕੋਲ ਆ ਕੇ ਲਿਆਉਂਦੇ ਸੀ ਸਾਨੇ ਵਾਲੇ ਤੇ ਕੁਝ ਹਾਂ ਉਹ ਤਾਂ ਸੋਢੀ ਦਾ ਸੀ ਅੱਛਾ ਹਾਂ ਮਾੜੇ ਮੋਟੇ ਗਰੀਬ ਆਦਮੀ ਸਭ ਲੈ ਕੇ ਉਹਦੀ ਜ਼ਮੀਨ ਵਾਹੁੰਦੇ ਮੈਂ ਆਖਿਆ ਪੁੱਤਰ ਕਰੋ ਮੁਹੰਮਦ ਜ਼ਾਹਿਦ ਇਕਬਾਲ ਤੁਸੀਂ ਦੇਖ ਰਹੇ ਹੋ ਪਾਕ ਵਰਲਡ ਫੈਕਟਸ ਅੱਜ ਅਸੀਂ ਮੌਜੂਦ ਹਾਂ ਅੰਮਾ ਜੀ ਦੇ ਕੋਲੇ ਅੰਮਾ ਜੀ ਕੀ ਨਾਂ ਤੁਹਾਡਾ ਮੰਨਾ ਸਿੱਧਾ ਨਾਂ ਕੀ ਹੈ ਮੰਨਾ ਹੀ ਹੈ ਸਿੱਧਾ ਨਾਂ ਅੱਛਾ ਅਸੀਂ ਅੱਜ ਮੌਜੂਦ ਆ ਜੀ ਅੰਮਾ ਜੀ ਮੰਨਾ ਬੀਬੀ ਪਿੰਡ ਕਿਹੜਾ ਸੀ ਸ਼ੇਰ ਖਾਂ ਮਿਸ਼ਰੀ ਵਾਲਾ ਤੇ ਉੱਥੋਂ ਉੱਠ ਕੇ ਜਨਾਬ ਆਏ ਨੇ ਪਿੰਡ ਸ਼ੇਰ ਖਾਂ ਮਿਸ਼ਰੀ ਵਾਲਾ ਫਿਰੋਜ਼ਪੁਰ 'ਚ ਉੱਠ ਕੇ ਇੱਥੇ ਪਾਕਿਸਤਾਨ 'ਚ ਪਿੰਡ ਵੀਰਮ 'ਚ ਤਹਿਸੀਲ ਪੱਤੋਗੀ ਜ਼ਿਲ੍ਹਾ ਕਸੂਰ ਦੇ ਜਾਣ ਕੇ ਬੈਠੇ ਨੇ ਅੱਜ ਇਹਨਾਂ ਨੂੰ ਪੁੱਛਣੇ ਆ ਇਹਨਾਂ ਦੇ ਉਸ ਤੋਂ ਉਸ ਟਾਈਮ ਦੇ ਹਾਲਾਤ ਅਤੇ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਪਾਕ ਵਰਲਡ ਫੈਕਟ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਘੰਟੇ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਬੇਆਸਾਨੀ ਮਿਲਦੀ ਰਹੇ ਅਸਲਾਮੁਅਲੈਕੁਮ ਮਾਂ ਜੀ ਵਾਲੇਕੁਮ ਸਲਾਮ ਤੁਹਾਡਾ ਕੀ ਨਾਮ ਮੰਨਾ ਬੀਬੀ ਅਤੇ ਕਿਹੜੇ ਪਿੰਡ 'ਚ ਰਹਿੰਦੇ ਸੀ ਤੁਸੀਂ ਮਿਸ਼ਰੀ ਵਾਲੇ ਦੇ ਸ਼ੇਰ ਖਾਨ ਮਿਸ਼ਰੀ ਵਾਲਾ ਸ਼ੇਰ ਖਾਨ ਮਿਸ਼ਰੀ ਅੱਛਾ ਇਹ ਫਿਰੋਜ਼ਪੁਰ 'ਚ ਪੈਂਦਾ ਹੈ ਅੱਛਾ ਤੇ ਉਹ ਤੁਹਾਡੀ ਕਿੰਨੀ ਉਮਰ ਸੀ ਜਦੋਂ ਇਹ ਮੈਂ ਵਾਵਾ ਹੀ ਸਨ ਨਾ ਕਰੀ ਜਵਾਨ ਸਾ ਤੇ ਨਾ ਨਦਾਨ ਸਾ ਮਤਲਬ 20 ਸਾਲ 15 ਸਾਲ ਹੈਗੀ ਆਏ ਹਾਂ 10 ਕੁ ਸਾਲਾਂ ਦੀ ਸੀ ਅੱਛਾ 10 ਕੁ ਸਾਲ ਉਮਰ ਹੋਣੀ ਆਓ ਤੇ ਤੁਹਾਨੂੰ ਹਿੰਦੁਸਤਾਨ 'ਚ ਜਦੋਂ ਆਏ ਉਹ ਮੈਨੂੰ ਸਾਰੀ ਸਮਾਹ ਆਏ ਅੱਛਾ ਅੱਛਾ ਵੀ ਆ ਇਸ ਤਰ੍ਹਾਂ ਵੀ ਇਹ ਲੋਕ ਭਾਜੜ ਪਾ ਕੇ ਤੁਰੇ ਸੀ ਜਾਈ ਤੁਰੇ ਸੀ ਜਾਈ ਸੀ ਤੁਰ ਕੇ ਆਏ ਸਾਂ ਦੇ ਅੱਛਾ ਤੁਹਾਡੇ ਆਸੇ ਪਾਸੇ ਕਿਹੜੇ ਪਿੰਡ ਸੀ ਹੋਰ ਹੈ ਤੁਹਾਡੇ ਪਿੰਡਾਂ ਦੇ ਨਾਲ ਸਾਡੇ ਪਿੰਡ ਭਾਈ ਹੈਗਾ ਸੀ ਨਾਜੂ ਵਾਲਾ ਹਾਂ ਨਾਜੂ ਵਾਲਾ ਹੈਗਾ ਹਾਂ ਤੇ ਹੈਗਾ ਸੀ ਸਾਨੇ ਵਾਲਾ ਉਹ ਸਾਨੇ ਵਾਲਾ ਤੇ ਮਿਸ਼ਰੀ ਵਾਲਾ ਤਾਂ ਇਕੱਠੇ ਹੀ ਨੇ ਨਾ ਹਾਂ ਤੇ ਸੱਦੂ ਵਾਲਾ ਤੇ ਯਾਰੇ ਵਾਲਾ ਹੈ ਤੇ ਸੁਲਤਾਨ ਖਾਂ ਹੈ ਇਹ ਬਿਲਕੁਲ ਹੈਗੇ ਨੇ ਹਾਂ ਇਸ ਤਰ੍ਹਾਂ ਕਾਜ ਸਾਡੇ ਇਵੇਂ ਸੀ ਜੰਪਾਈ ਕੋਟ ਤੇ ਆ ਵੀਰਮ ਤੇ ਇਵੇਂ ਨੇੜੇ ਸੀ ਹਾਂ ਤੁਸੀਂ ਹੁਣ ਇੱਥੇ ਵੀਰਮ 'ਚ ਬੈਠੇ ਪੱਤੋਗੀ ਇਹ ਪੱਤੋਗੀ 'ਚ ਆਉਂਦਾ ਪੱਤੋਗੀ ਜ਼ਿਲ੍ਹਾ ਕਸੂਰ 'ਚ ਅੱਛਾ ਤੇ ਇੱਥੇ ਤੇ ਤੁਹਾਡਾ ਕੰਮ ਕਾਰ ਕੀ ਸੀ ਤੁਹਾਡੇ ਮਾਂ ਪਿਓ ਕੀ ਕੰਮ ਸਾਡਾ ਪੁੱਤਰ ਉਦੋਂ ਤਬਾਈ ਵੀ ਜੁੱਤੀ ਕਰ ਜ਼ਿਮੀਂਦਾਰ ਸੀ ਸਾਰੇ ਅੱਛਾ ਹਾਂ ਜ਼ਿਮੀਂਦਾਰਾ ਕਰਦੇ ਸੀ ਜ਼ਿਮੀਂਦਾਰਾ ਕਰਦੇ ਤੇ ਮਾਂ ਅਮਾ ਜੀ ਤੁਹਾਡੀ ਕੌਮ ਕੀ ਹੈ ਸਾਡੀ ਅਰਦਾਵੇ ਜੱਟ ਰੰਧਾਵੇ ਜੱਟ ਅੱਛਾ ਅਸੀਂ ਲੋਕੀ ਅਰਦਾਵੇ ਸਾਦੇ ਸੀ ਹਾਂ ਤੇ ਹੁਣ ਲੋਕੀ ਸਾਨੂੰ ਆਨੇ ਨੇ ਅਰਦਾਵੇ ਜੱਟ ਅੱਛਾ ਆ ਵੀ ਉਦੋਂ ਰੰਧਾਵੇ ਉੱਥੇ ਸਾਰੇ ਬੈਠੇ ਜੱਟ ਸਨ ਨਾ ਉਦੋਂ ਸਾਰੇ ਅਰਦਾਵੇ ਹੀ ਬੈਠੇ ਸੀ ਰੰਧਾਵੇ ਸਾਨੇ ਵਾਲਾ ਸਰਦਾਵਿਆਂ ਦਾ ਨਾਜੂ ਵਾਲਾ ਵੀ ਅਰਦਾਵਿਆਂ ਦਾ ਦਾ ਬੋਦਲਿਆਂ ਦਾ ਅੱਛਾ ਦਾ ਕਮੀਆਂ ਕਮਾਰਿਆਂ ਦਾ ਤੇ ਆ ਕਨੇ ਬੋਦਲੇ ਸੀ ਉੱਥੇ ਅੱਛਾ ਅੱਛਾ ਤੁਸੀਂ ਉੱਥੇ ਵਾਹੀ ਕਰਦੇ ਸੀ ਕਿੰਨੀ ਕੁ ਜ਼ਮੀਨ ਸੀ ਤੁਹਾਡੀ ਉੱਥੇ ਵੀ ਸਾਡੇ ਕੋਲ ਤਾਂ ਹੈਗੀ ਸੀ ਘਰ ਦੀ ਤਾਂ ਹੈਗੀ ਸੀ 2.5 ਕਿੱਲੇ ਅੱਛਾ ਹੈ ਹਾਂ ਤੇ ਠੇਕੇ ਹਿੱਸੇ ਤੇ ਲੈ ਕੇ ਵਾਂਦੇ ਠੇਕੇ ਤੇ ਲੈ ਕੇ ਵਾਂਦੇ ਸੀ ਅੱਛਾ ਤੇ ਤੁਹਾਨੂੰ ਸ਼ਹਿਰ ਫਿਰੋਜ਼ਪੁਰ ਲੱਗਦਾ ਸੀ ਹਾਂ ਸ਼ਹਿਰ ਫਿਰੋਜ਼ਪੁਰ ਤੇ ਫਿਰੋਜ਼ਪੁਰ ਤੁਸੀਂ ਕਦੀ ਜਾਂਦੇ ਆਉਂਦੇ ਸੀ ਬਟੇਰੇ ਸਾਡੇ ਲੋਕ ਜਾਂਦੇ ਆਉਂਦੇ ਸੀ ਤੇ ਤੁਸੀਂ ਆਪ ਕਦੀ ਗਏ ਜੀ ਨਾ ਮੈਂ ਨਹੀਂ ਗਈ ਹਾਂ ਛੋਟੀ ਸੀ ਨਾ ਤੁਸੀਂ ਉਦੋਂ ਅੱਛਾ ਤੇ ਮੇਰਾ ਪਿਓ ਵੜੇਵੇਂ ਲਿਆ ਕੇ ਤੇ ਖਲ ਲਿਆ ਕੇ ਤੇ ਇਹ ਗੱਡਿਆਂ ਦੇ ਗੱਡੇ ਵੀ ਤੁਹਾਡੇ ਪਿਓ ਦਾ ਕੀ ਨਾਂ ਸੀ ਵੀਰਾ ਵੀਰਾ ਹਾਂ
ਵੀਰਾ ਮੁਸਲਮਾਨ ਸੀ ਵੀਰਾ ਮੁਸਲਮਾਨ ਅੱਛਾ ਅੱਛਾ ਤੇ ਇਹ ਉਹ ਵੀ ਵਾਈ ਵਾਈ ਵੀ ਸਾਰੇ ਕਰਦੇ ਸੀ ਗੱਡਿਆਂ ਦੇ ਖਾਲ ਬਣੇ ਵਾਈ ਕਰਦੇ ਸਾਰੇ ਅੱਛਾ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿਹੜੇ ਟਾਈਮ ਪਤਾ ਲੱਗ ਗਿਆ ਵੀ ਹੁਣ ਪਾਕਿਸਤਾਨ ਬਣ ਗਿਆ ਚਲੀਏ ਉਧਰ ਤੇ ਉਧਰ ਪੁੱਤਰ ਉਹ ਲੋਟੀ ਪੈ ਗਈ ਸੀ ਕਿ ਉਧਰ ਪਤਾ ਕਿਵੇਂ ਸਾਨੂੰ ਲੱਗਣਾ ਸੀ ਮਾਰਪੀਟ ਮਾਰਪੀਟ ਦੂਜਾ ਨਾ ਨਾਜੂ ਵਾਲਾ ਉੱਠ ਖੜਾ ਪਰ ਬੋਦਲੇ ਸਾਰੇ ਪਹਿਲੇ ਪਿਛਲੇ ਪਿੰਡ ਰੋਹੀ ਵਾਲੇ ਸਾਰੇ ਉੱਠ ਖੜੇ ਅੱਛਾ ਤੇ ਉਵੇਂ ਲੋਕੀ ਸਾਰੇ ਹੈਗਾ ਬਾਰਡਰ ਤੇ ਆ ਗਏ ਅੱਛਾ ਕੋਈ ਮਰ ਗਏ ਕਿਹੜੇ ਕਿ ਟਾਈਮ ਤੁਸੀਂ ਨਿਕਲੇ ਜੇ ਕਰੋ ਅਸੀਂ ਉੱਥੋਂ ਨਿਕਲੇ ਆ ਰਾਤ ਦੇ 12 1 ਵਜੇ ਰਾਤ ਨੂੰ ਰਾਤ ਅੱਛਾ ਇਹ ਕੁਛ ਲੋਕ ਤਾਂ ਰੋਜ਼ਿਆਂ ਚ ਆਏ ਨੇ ਕੁਛ ਲੋਕ ਈਦ ਕਰਕੇ ਆਏ ਨੇ ਤੁਸੀਂ ਕਦੋਂ ਆਏ ਜੀ ਅਸੀਂ ਤੇ ਈਦੋਂ ਅੱਗੇ ਹੀ ਆ ਗਏ ਈਦੋਂ ਪਹਿਲਾਂ ਆ ਗਏ ਰੋਜ਼ਿਆਂ ਚ ਈਦ ਇੱਥੇ ਆਣ ਕੇ ਕੀਤੀ ਈਦ ਅਸੀਂ ਇੱਥੇ ਆ ਗਏ ਅੱਛਾ ਤੁਹਾਡੇ ਕਾਫਲੇ ਕਿੰਨੇ ਕੁ ਪਿੰਡ ਸਨ ਤੁਹਾਡੇ ਕਾਫਲੇ ਸਾਡੇ ਤਾਂ ਜਿਹੜਾ ਇਸਾਨੇ ਵਾਲਾ ਤੇ ਨਾਜੂ ਵਾਲਾ ਤੇ ਦੂਜਾ ਇਹ ਤਿੰਨ ਪਿੰਡ ਤਾਂ ਅਸੀਂ ਇਕੱਠੇ ਹੀ ਆਏ ਅੱਗੜ ਪਿਛੜੀ ਅੱਛਾ ਅੱਛਾ ਕੋਈ 2 ਕਿੱਲੇ ਪਿਛਾਂ ਤੇ ਕੋਈ 2 ਪਿਛੇ ਆਗਾ ਤੁਸੀਂ ਕਿ ਤੁਸੀਂ ਕਿਧਰੋਂ ਦੀ ਇਧਰ ਲੰਘੇ ਜੇ ਕਸੂਰ ਵੱਲੋਂ ਦੀ ਅਸੀਂ ਆਏ ਆ ਕਸੂਰ ਵੱਲੋਂ ਅੱਛਾ ਗੰਡਾ ਸਿੰਘ ਵੱਲੋਂ ਹਾਂ ਗੰਡਾ ਸਿੰਘ ਵੱਲੋਂ ਅੱਛਾ ਤੁਹਾਡੇ ਕਾਫਲੇ ਤੇ ਇਤਨੀ ਹਮਲਾ ਹਮਲਾ ਹੋਇਆ ਲੋਕਾਂ ਦੇ ਬੜੇ ਹਮਲੇ ਹੋਏ ਨਹੀਂ ਇਹ ਸਾਡੇ 4-5 ਪਿੰਡ ਜਿਹੜੇ ਨੇ ਇਹ ਤਾਂ ਖੈਰੀ ਮੇਰੀ ਆਏ ਨੇ ਅੱਛਾ 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 ਮੌਰਾ ਦੂਜੀ ਵੱਡ ਫਟ ਵਜੀ ਉਂਝ ਤਾਂ ਸੁਣਿਆ ਬਥੇਰੇ ਰਾਜ ਤੁਸੀਂ ਵੇਖੇ ਹੋਣਗੇ ਲੋਕ ਲੋਕ ਬਥੇਰੇ ਅੱਛਾ ਲੋਕ ਆਂਦੇ ਨੇ ਵੀ ਉਹ ਬੜੇ ਤੋਬਾ 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 ਵੇ ਬੱਚਾ ਤੋ ਲਾਸ਼ਾਂ ਦੇ ਉੱਤੇ ਹੀ ਲੰਘ ਗਿਆ ਕਿਸੇ ਤੇ ਲਿਆ ਅੱਛਾ ਓਏ ਹੋਏ ਹੋਏ ਬੜਾ ਮਾੜਾ ਬੜਾ ਐਡੇ ਐਡੇ ਬੱਚੇ ਕਾਂ ਖਾਲੀ ਜਾਂਦੇ ਐ ਜਿਹੜੇ ਬੱਚੇ ਅੱਛਾ ਅੱਛਾ ਤੇ ਉਹ ਇੰਨਾ ਜ਼ੁਲਮ ਹੋਇਆ ਸੀ ਬੜਾ ਜ਼ੁਲਮ ਪੁੱਤਰ ਹੋਇਆ ਸੀ ਕੋਈ ਦੱਸਦੇ ਨੇ ਵੀ ਲਾਸ਼ਾਂ ਤੋਂ ਹੀ ਲੰਘ ਕੇ ਆਉਂਦੇ ਆ ਉੱਤੋਂ ਦੀ ਲੰਘ ਤੇ ਕਾਂ ਖਾਂਦੇ ਸੀ ਓਏ ਹੋਏ ਕੋਈ ਦਫਨਾਇਆ ਨਹੀਂ ਦਫਨਾਉਣ ਵਾਲਾ ਕੋਈ ਨਾ ਬਣਾ ਕਿੰਨੇ ਚ ਹਾਂ ਹਰ ਕਿਸਮ ਆਪੋ ਆਪਣੀ ਪਈ ਹੋਈ ਸੀ ਤੇ ਕਿਹੜੀ ਜਗ੍ਹਾ ਤੇ ਤੁਸੀਂ ਇਹ ਵੇਖਿਆ ਇਹ ਸਾਰਾ ਕੁਝ ਇਹ ਸਾਰਾ ਇਹ ਕਹਿਣਾ ਤਾਂ ਕਿ ਕੁਛ ਤਾਂ ਪਿਛਲੇ ਸਾਲ ਚ ਹੋ ਗਿਆ ਉੱਥੇ ਤੇ ਆ ਤੇ ਕੁਛ ਆ ਕਸੂਰ ਉਹ ਲੰਘ ਤੇ ਕਹਿਣਾ ਤਾਂ ਹੋਇਆ ਅੱਛਾ ਉਧਰ ਮੁਸਲਮਾਨ ਵੱਡੇ ਭੈਣੇ ਇਧਰ ਸਿੱਖ ਵੱਡੇ ਭੈਣੇ ਇਧਰ ਸਿੱਖ ਵੱਡੇ ਭੈਣੇ ਹਾਂ ਕਿਉਂ ਉਧਰ ਉਧਰ ਸਾਡੇ ਆਪਣੇ ਮੁਸਲਮਾਨਾਂ ਨੂੰ ਆਉਂਦੇ ਨੇ ਉਹਨਾਂ ਨੇ ਮਾਰਿਆ ਇਧਰ ਜਾਂਦੇ ਨੇ ਮੁਸਲਮਾਨਾਂ ਨੇ ਮਾਰਿਆ ਜਿੰਦੇ ਹੀ ਕੁਛ ਕੋਈ ਆਪ ਸੱਤਾ ਚੜਿਆ ਉਹਨੇ ਮਾਰਤਾ ਹਾਂ ਇਵੇਂ ਉਹ ਅੱਛਾ ਉਸ ਤੋਂ ਪਹਿਲੇ ਤਾਂ ਕਹਿੰਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਾਰੇ ਪਿਆਰ ਮੁਹੱਬਤ ਨਾਲ ਅੱਛਾ ਭੈਣਾ ਭਰਾਵਾਂ ਤਰ੍ਹਾਂ ਰਹਿੰਦੇ ਬਿਲਕੁਲ 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 ਆਉਣ ਜਾਣ ਵਾਹਵਾ ਸੀ ਸਿੱਖਾਂ ਲੋਕਾਂ ਦਾ ਮੈਂ ਆਈ ਮੇਰਾ ਪਿਓ ਮੜੇਵੇਂ ਵੀ ਲਿਆਉਂਦਾ ਸੀ ਤੇ ਲਿਆਉਂਦਾ ਸੀ ਖਾਲ ਇਸਾਨੇ ਵਾਲੇ ਦੇ ਵੀ ਲਿਜਾਣਾ ਨਾਜੂ ਵਾਲੇ ਦੇ ਵੀ ਲਿਜਾਣਾ ਸੱਦੂ ਵਾਲੇ ਦੇ ਵੀ ਯਾਰੇ ਵਾਲੇ ਦੇ ਅੱਛਾ ਇਹ ਸਾਰੇ ਪਿੰਡ ਮੇਰੇ ਪਿਓ ਕੋਲ ਆ ਕੇ ਲਿਜਾਉਂਦੇ ਸੀ ਸਾਨੇ ਵਾਲੇ 'ਚ ਕੁਛ ਲੋਕ ਅਜੇ ਬੈਠੇ ਨੇ ਪੁਰਾਣੇ ਉੱਥੇ ਜੱਟ ਕੋਈ ਨੀ ਹੈਗਾ ਜਿਹੜੇ ਨਾ ਵਾਲਮੀਕੀ ਹਿੰਦੂ ਉਹ ਉੱਥੇ ਬੈਠੇ ਨੇ ਉਹ ਹੈਗੇ ਨੇ ਹਾਂ ਮਸੱਲੀ ਵੀ ਹੈਗੇ ਨੇ ਵਾਲਮੀਕੀ ਨੇ ਹਿੰਦੂ ਉਹ ਵੀ ਉੱਥੇ ਬੈਠੇ ਨੇ ਇਧਰੋਂ ਜਿਹੜੇ ਲੋਕ ਗਏ ਨੇ ਉਹਨਾਂ ਪਿੰਡਾਂ 'ਚ ਹੀ ਬੈਠੇ ਆਪਣੇ ਇਧਰੋਂ ਸੱਦੇ ਵਾਲੇ ਜੋ ਗਏ ਨੇ ਆ ਜਿਹੜਾ ਹੁਣ ਇਧਰ ਨਾਲ ਪੈਂਦਾ ਚੂਣੀਆਂ ਦੇ ਕੋਲੇ ਪਤਾ ਨੀ ਕਿਹੜਾ ਇੱਥੋਂ ਦੇ ਕੰਬੋ ਉੱਥੇ ਗਏ ਨੇ ਉੱਠ ਕੇ ਸਾਨੇ ਬੈਠੇ ਨੇ ਸਾਨੇ ਵਾਲੇ 'ਚ ਬੈਠੇ ਨੇ ਬੈਠੇ ਹੋਏ ਅੱਛਾ ਤੇ ਆਪਣੇ ਪਿੰਡ ਪੁਰਾਣਾ ਬਿਲਕੁਲ ਬਿਲਕੁਲ ਉਹ ਤੇ ਇੱਥੋਂ ਉੱਠ ਕੇ ਗਏ ਨੇ ਉਹ ਤੇ ਕੁਛ ਖੁੱਡੀਆਂ 'ਚੋਂ ਗਏ ਨੇ ਉਹਦੇ ਸ਼ਾਨੇ ਵਾਲੇ ਸਾਨੇ ਵਾਲੇ ਤੇ ਮਿਸ਼ਰੀ ਵਾਲੇ ਦੇ ਵਿੱਚ ਬੈਠੇ ਨੇ ਤੇ ਬੇਬੇ ਤੁਹਾਡਾ ਘਰ ਕਿਹੜੇ ਪਾਸੇ ਸੀ ਸਾਡਾ ਘਰ ਸੀ ਵਿਚਕਾਰ ਕੋਲ ਸੀ ਸਾਡੇ ਅਸੀਂ ਆ ਪੁਲਿਸਾਂ ਦੀ ਸੀ ਤੇ ਕੋਲ ਡੇਰਾ ਸੀ ਸੁਲਤਾਨ ਖਾਨ ਉਹ ਤਾਂ ਸੋਢੀ ਦਾ ਸੀ ਅੱਛਾ
पाकिस्तान च भी दस सोडी सिंह अच्छा सुल्तान खान ਦਾ ਸੀ ਆਜ ਉਹ ਵਾਹ ਵਾਹ ਵੱਡਾ ਜ਼ਿਮੀਂਦਾਰ ਸੀ ਆ ਵੱਡਾ ਅੱਛਾ ਆ ਲੋਕੀ ਮਾੜੇ ਮੋਟੇ ਗਰੀਬ ਆਦਮੀ ਸਭ ਲੈ ਕੇ ਉਹਦੀ ਜ਼ਮੀਨ ਵਾਹਦੇ ਸੀ ਅੱਛਾ ਉਂਜੀ ਆ ਤੇ ਆ ਮੇਰੇ ਸਾਹਰੇ ਵੀ ਉਹਦੀ ਜ਼ਮੀਨ ਵਾਹਦੇ ਤੁਸੀਂ ਤੇ ਠੇਕੇ ਤੇ ਲੈ ਕੇ ਵਾਹਦੇ ਸੀ ਠੇਕੇ ਤੇ ਵੀ ਸੀਤੇ ਵੀ ਅੱਛਾ ਅੱਛਾ ਆ ਹੋਈ ਸੀਤੇ ਹੀ ਵਾਹ ਲੈਂਦੇ ਉਹ ਜ਼ਮੀਨ ਵਾਧੂ ਸੀ ਨਾ ਉਹਦੇ ਕੋਲ ਵਾਧੂ 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 ਅੱਛਾ ਅੱਛਾ ਆ ਤੇ ਤੁਹਾਡੇ ਸਹੁਰੇ ਕਿਹੜੇ ਕੇ ਇਹ ਉਹ ਕਿਹੜੇ ਪਿੰਡ ਚ ਬੈਠੇ ਸਨ ਆ ਨਹੀਂ ਮੇਰੇ ਸਹੁਰੇ ਇੱਥੇ ਬੈਠੇ ਅੱਛਾ ਨਹੀਂ ਪਿੱਛੋਂ ਤੁਸੀਂ ਕਿਉਂ ਇਹ ਆਏ ਸੀ ਸੁਲਤਾਨ ਖਾਨ ਦੇ ਕੋਲ ਕਰੇ ਕੀ ਪਿੰਡ ਦਾ ਨਾਮ ਜੇ ਬੱਲਾ ਜਾ कावे बलिया कावे चोक बैठे ने तुहाडे रिश्तेदार ओह वी रिश्तेदार ने तुहाडे संग बाबा आरफ जट सारे अच्छा अच्छा मिश्री आले चोट के अच्छा अच्छा तुसी जी तो उधर टुरे जे फिर उदो फिर तुहाडा काफला तीन चार पिंड कट्ठे सन तीन चार पिंड को कुल्ले री बैठे थे कोई दो किल्ले नी बैठे थे अच्छा ये असी जेडी चार पांच पिंड आ ना हां ये ता खैरी मेरी आ गए सी अच्छा कसूर अच्छा ते पिछो जेडे लोग आंदे रहन या इधर लोग जांदे रहन ओ वड फट पुत्र बड़ी हुई तुहाडा काफला वाह वड्डा होना ना वड्डा सारा सी अच्छा अच्छा ए तुसी उधरो पहलू आए जे गंडा सिंह फिर उस तो बाद गंडा सिंह आके जगह हेड लंगे आज कसूर आ गए कसूर ते कसूर तो बाद सीधे इधर आ गए आज फिर इधर गड्डियां ने तो चढ़ के फिर आई थी कच्ची कोठी अच्छा कच्ची कोठी भी पुराना शहर पुराना है शहर पुराना शहर अच्छा अच्छा इथे आन बैठे कोटरा दा किशन है अंदर पुराना कोटरा दा किशन साथे नु अच्छा फिर इथो फिर सीधे इधर नु आ गए हां फिर पिंड ओना पटवारियां ने लिख दिते अच्छा फलाना पिंड बैजे फलाने पिंड अच्छा एना फिर दो पिंडां सने आए हां मिश्री आया क्या अस तक कोले कोले दो पिंड लेने आप जिवें असी है गए सा पिछे जिवें है गए साले मिश्री आले ने कुछ जो मिश्री आले बहुते कावे मलिया च गए ने कावे चोक च गए ने ते साने आले मलिया च जांदे रहे बहुत जिवें ओवे मिश्री आला ते साने आला कट्ठे ने ओवे इत्थे कावे मलिया ते कावे चोक इवें इवें इकट्ठे बैठे ने उत्थे काफी लोग उधरों जिहड़े ना इधर सीधे इवें इकट्ठे ही आके बैठे ने शनाख्ती कार्ड आला जो जमन पर्ची मंगी थोड़े को मेनू ना जमन पर्ची दे मैं आख्या पुत्र करो हां छत उतो डिग पी बालिया की छत सी डिग पी कबर
ਖਲੀਆਂ ਨੇ ਕਬਰਾਂ ਉੱਥੇ ਖਲੀਆਂ ਮਾਈ ਆ ਜਣੀਆਂ ਕਬਰਾਂ ਨੇ ਦੋ ਕਬਰਾਂ ਨੇ ਉੱਥੇ ਉਹ ਸਾਨੇ ਵਾਲੇ ਦਿਨ ਉਹ ਸਾਨੇ ਵਾਲੇ ਦਿਨ ਹਾਂ ਉਹ ਮੈਂ ਤੈਨੂੰ ਵਿਖਾਣਾ ਹੋਣੇ ਤੇ ਬਾਬਾ ਉਹਨਾਂ ਨੂੰ ਫੋਨ ਕਰਨਾ ਹੋਣੇ ਉਹਨੇ ਵਿਖਾ ਦੇਗਾ ਸਾਨੇ ਵਾਲਾ ਉਹ ਸਾਨੇ ਵਾਲੇ ਦਿਨ ਉਹ ਸਾਨੇ ਵਾਲੇ ਉਹ ਮਾਈ ਆ ਜਣੀਆਂ ਕਬਰਾਂ ਉਵੇਂ ਖਲੋਤੀਆਂ ਨੇ ਬਾਗ ਵਾਲਾ ਖੂਹ ਉਹ ਨਾ ਮੇਰੀ ਸੁਣ ਗੱਲ ਪੁੱਤਰ ਦੁਨੀਆਂ ਦੇ ਉੱਤੇ ਲਾਏ ਤੋਂ ਭੈੜੇ ਨੇ ਉਹ ਨਾ ਉਹਨਾਂ ਦੀ ਇੱਕੋ ਕੁੜੀ ਸੀ ਅੱਛਾ ਉਹ ਨਾ ਲੋਕ ਇਹ ਗੱਲ ਆਉਂਦੇ ਸੀ ਵੀ ਤੁਸੀਂ ਨਾ ਨਿਕਾਹ ਦੇ ਕੇ ਤੇ ਤੁਹਾਡਾ ਅੱਜ ਮਨਜ਼ੂਰ ਦੋ ਜੀਆਂ ਦਾ ਜੇ ਤੇ ਨਿਕਾਹ ਨਾ ਦਿਓ ਧੀ ਦਾ ਤੇ ਤੁਹਾਡਾ ਅੱਜ ਨੀ ਮਨਜ਼ੂਰ ਅੱਛਾ ਹੈ ਉਹਨਾਂ ਸਿੱਧਾ ਜਿਹਾ ਕਮਰਾ ਜਾਏਗਾ ਤੇ ਉਹਦੇ ਨਾਲ ਫਿਰ ਕੁੜੀ ਦਾ ਨਿਕਾਹ ਕਰ ਗਏ ਤੇ ਦੋਵੇਂ ਅੱਜ ਕਰਨ ਗਏ ਚਲੇ ਅੱਛਾ ਜਦੋਂ ਆ ਕੇ ਟੋਟਰਾ ਕਰਨ ਲੱਗੇ ਉਹ ਕੁੜੀ ਨੇ ਆਖਿਆ ਮੈਂ ਤਾਂ ਇਹਦੇ ਨਾਲ ਜਾਣਾ ਹੀ ਨਹੀਂ ਹੈ ਉਹ ਕੁਜ਼ਰਤ ਅੱਲਾ ਦੀ ਉਵੇਂ ਹੋਈ ਤੋਬਾ ਮੇਰੀ ਸੱਤਰ ਸੱਤਰ ਵੇਲੀ ਚੰਗਾ ਭਲਾ ਕੋਠਾ ਦੋ ਜੀਆਂ ਦੇ ਉੱਤੇ ਜਾ ਪਿਆ ਅੱਛਾ ਫਿਰ ਸੱਦੇ ਮੌਲਵੀ ਵੀ ਇਹਨਾਂ ਨਾਲ ਆਹ ਵਾਕਿਆ ਹੋ ਗਿਆ ਉਹਨਾਂ ਨੇ ਆਖਿਆ ਜੀ ਇਹ ਫਿਰਾ ਹੁਣ ਹੋਏ ਨੇ ਤਾਂ ਇਹਨਾਂ ਤੇ ਛੱਤ ਡਿੱਗੀ ਅੱਲਾ ਵੱਲੋਂ ਛੱਤ ਡਿੱਗ ਪਈ ਅੱਲਾ ਵੱਲੋਂ ਛੱਤ ਡਿੱਗ ਪਈ ਅੱਛਾ ਤੇ ਉਹ ਉਹਨਾਂ ਦੀ ਕਬਰਾਂ ਨੇ ਉੱਥੇ ਉਹਨਾਂ ਦੀਆਂ ਕਬਰਾਂ ਉਹ ਮਾਈ ਹਜਨ ਦੀਆਂ ਕਬਰਾਂ ਬੜੇ ਮਸ਼ਹੂਰ ਨੇ ਉੱਥੇ ਮਾਈ ਹਜਨ ਦੀਆਂ ਕਬਰਾਂ ਜੀ ਸਹੀ ਸਲਾਮਤ ਕਰੀਆਂ ਨੇ ਉੱਥੇ ਉਹ ਧੀ ਵੀ ਉੱਥੇ ਜੇ ਤੇ ਬੰਦਾ ਵੀ ਤੇ ਆਪ ਤਿੰਨਾਂ ਹੀ ਨੇ ਉਹਨਾਂ ਦੀ ਕਬਰਾਂ ਉੱਥੇ ਆਹੋ ਉੱਥੇ ਤਿੰਨ ਕਬਰਾਂ ਨੇ ਤੇ ਉੱਥੇ ਉਹਦੇ ਉੱਤੇ ਛੱਤ ਪਾਈ ਹੋਈ ਸੀ ਛੱਤ ਪਾਈ ਮਕਾਨ ਬਣਿਆ ਸੀ ਮਜ਼ਾਰ ਤੇ ਛੱਤ ਡਿੱਗ ਪਈ ਹੁਣ ਪਾਣੀ ਪੂਣੀ ਨਾ ਫਿਰ ਉਹਨਾਂ ਬਣਾਇਆ ਸੀ ਬਾਰਿਸ਼ਾਂ ਬੁਰਸ਼ਾਂ ਨਾਲ ਛੱਤ ਡਿੱਗ ਪਈ ਤੇ ਬਾਕੀ ਉਹ ਉੱਥੇ ਉੱਥੇ ਖਾਈ ਕਬਰਾਂ ਹੈਗੀਆਂ ਉੱਥੇ ਇੱਕ ਬਾਬਾ ਪਤਾ ਨਹੀਂ ਕੀ ਹੈ ਸੀ ਉਹਦਾ ਨਾਮ ਮੈਨੂੰ ਭੁੱਲ ਗਿਆ ਉਹ ਸੇਵਾ ਕਰਦਾ ਸੀ ਉਹਦੀ ਉੱਥੋਂ ਉਹਦੀ ਮੰਦਰ ਦੀ ਪਤਾ ਨਹੀਂ ਬਾਬਾ ਪਤਾ ਨਹੀਂ ਨਾਮ ਭੁੱਲ ਗਿਆ ਮੈਨੂੰ ਜੀਂਦਾ ਸੀ ਹੁਣ ਅਜੇ ਫੌਤ ਹੋਇਆ ਉਹਦੀ ਧੀ ਅਜੇ ਜੀਂਦੀ ਉਹ ਸਾਨੇ ਵਾਲੇ ਰਹਿੰਦਾ ਸੀ ਤੁਹਾਡਾ ਪਿੰਡ ਤੁਹਾਡਾ ਘਰ ਪਿੰਡ ਦੇ ਵਿਚਾਲੇ ਸੀ ਸਾਡਾ ਪਿੰਡ ਦੇ ਵਿੱਚ ਵਿਚਾਲੇ ਸੀ ਛੱਪੜ ਤੁਹਾਡੇ ਤੋਂ ਕਿੰਨਾ ਛੱਪੜ ਹੈਗਾ ਕਿੱਲਾ ਕੁ ਪੰਦ ਮਤਲਬ ਛੱਪੜ ਦੇ ਨੇੜੇ ਸੀ ਛੱਪੜ ਦੀ ਨਿਸ਼ਾਨੀ ਵਾਹਵਾ ਆ ਉਹ ਸੌਖਾ ਲੱਭ ਜਾਂਦਾ ਤੇ ਤੁਹਾਨੂੰ ਉਧਰੋਂ ਫਿਰ ਇਧਰ ਆਣ ਕੇ ਜ਼ਮੀਨ ਲੱਭੀ ਫਿਰ ਇਧਰ ਸਾਨੂੰ ਟੱਕਰੀ ਤੇ ਹੋਰ ਅਸੀਂ ਠੇਕੇ ਹਿੱਸੇ ਚ ਉੱਥੇ ਲੈ ਕੇ ਬਾਹਰ ਕਿੰਨੀ ਤੁਹਾਨੂੰ ਇਧਰ ਟੱਕਰੀ ਇੱਥੇ ਹੈਗੀ ਸੱਤ 2 ਕਿੱਲੇ ਗਿੱਧਾ ਗੁੱਧਾ ਪਾਉਂਦੀਆਂ ਹੋਣੀਆਂ ਮਾਈਆਂ ਉਦੋਂ ਤੇ ਕੋਈ ਬੋਲੀ ਬੋਲੀ ਸੁਣਾਓ ਪੁਰਾਣੀ ਚੇਤਾ ਭੁੱਲ ਗਿਆ ਉਦੋਂ ਤੇ ਲੋਕ ਤੇ ਮਾਈਆਂ ਬੋਲੀਆਂ ਪਾਉਂਦੀਆਂ ਸਨ ਤੇ ਜੰਜਾਂ ਦੇ ਦੋ ਦੋ ਦਿਨ ਰਹਿੰਦੀਆਂ ਰਾਤਾਂ ਰਹਿੰਦੀਆਂ ਸਨ ਅੱਛਾ ਦੋ ਦੋ ਰਾਤਾਂ ਰਹਿੰਦੀਆਂ ਸਨ ਦੋ ਰਾਤਾਂ ਤੇ ਉਹ ਰਹਿੰਦੇ ਇੰਨੇ ਲੋਕ ਕਿੱਥੇ ਸਨ ਰਾਤ ਕੇ ਤੇ ਉੱਥੇ ਰੱਖਦੇ ਸੀ ਅਗਲੇ ਜਿਹੜੇ ਡੇਰੇ ਹੁੰਦੇ ਸੀ ਅੱਛਾ ਡੇਰਾ ਜੇ ਉਹ ਕਣਾ ਤਾਂ ਲੋਕੀ ਕਰਦਾ ਹੁੰਦਾ ਸੀ ਅਸੂ ਕੱਤੇ ਚ ਅੱਛਾ ਤੇ ਵੱਡੀਆਂ ਵੱਡੀ ਵੱਡਾ ਸਾਰਾ ਡੇਰਾ ਹੁੰਦਾ ਸੀ ਉੱਥੇ ਮੰਜੇ ਉੱਥੇ ਬਿਸਤਰੇ ਉੱਥੇ ਵਿੱਚ ਤਿੰਨ ਚਾਰ ਟਾਹਲੀਆਂ ਲੱਗੀਆਂ ਹੁੰਦੀਆਂ ਸੀ ਅੱਛਾ ਆ ਪੱਖੇ ਪੁੱਖੇ ਧੋਣੇ ਕੋਈ ਟਾਹਲੀਆਂ ਨਹੀਂ ਸੀ ਹਾਂ ਉੱਥੇ ਪੱਖੇ ਪੁੱਖੇ ਕੋਈ ਨਹੀਂ ਸੀ ਪੱਖੇ ਤੇ ਬਿਜਲੀ ਕੋਈ ਨਹੀਂ ਸੀ ਪੱਖੇ ਕਿੱਥੋਂ ਆ ਨਾ ਕੋਈ ਨਹੀਂ ਸੀ ਤੇ ਦੋ ਦੋ ਰਾਤਾਂ ਰਹਿੰਦੇ ਤਿੰਨ ਤਿੰਨ ਰਾਤਾਂ ਦੋ ਦੋ ਰਾਤਾਂ ਕਦੇ ਤਿੰਨ ਤਿੰਨ ਰਾਤਾਂ ਜਾਣੀ ਜਾਣੀ ਸ਼ਾਮ ਨੂੰ ਅੱਛਾ ਉਸ ਰਾਤ ਵੀ ਰਹਿਣਾ ਦੂਜੀ ਰਾਤ ਤੀਜੀ ਰਾਤ ਟੁਰਨੀ ਤੀਸਰੀ ਰਾਤ ਜਾਂਦੇ ਗੱਡਿਆਂ ਗੁੱਡਿਆਂ ਜਾਂਦੇ ਸੀ ਟੱਗਿਆਂ ਦੀ ਬਣੀ ਹੋਈ ਸੀ ਹੁੰਦੀ ਮੈਨੂੰ ਨਾਮ ਚੇਤਾ ਭੁੱਲ ਗਿਆ ਉਹ ਸਪੈਸ਼ਲ ਡੋਲੀ ਤਰ੍ਹਾਂ ਬਣੀ ਹੁੰਦੀ ਸੀ ਉੱਤੋਂ ਦੀ ਇਸ ਤਰ੍ਹਾਂ ਉੱਤੇ ਕਵਰ ਸੀ ਕੀਤੀ ਹੋਈ ਤੇ ਇੱਕੋ ਹੀ ਟੱਗਾ ਉਹਦੇ ਨਾਲ ਜੁੜਦਾ ਸੀ ਤੇ ਉਹ ਉਹ ਜਿਹੜੇ ਲੋਕ ਵੱਡੇ ਲੋਕ ਸਨ ਉਹ ਲਿਜਾਂਦੇ ਸਨ ਤੇ ਛੋਟੇ ਲੋਕ ਵਿਚਾਰੇ ਡੋਲੀਆਂ ਸਿਰ ਤੇ ਲੈ ਆਉਂਦੇ ਸਨ ਆਹੋ ਮਾਛੀ ਲਿਜਾਂਦੇ ਸਨ ਚੱਕ ਕੇ ਤੇ ਇਹ ਉਦੋਂ ਦੋ ਦੋ ਤਿੰਨ ਤਿੰਨ ਰਾਤਾਂ ਉਦੋਂ ਲੋਕ ਰਹਿੰਦੇ ਸੀ ਦੋ ਤਿੰਨ ਤਿੰਨ ਰਾਤਾਂ ਤੇ ਉਹ ਲੋਕ ਵੀ ਨਾਲੇ ਹੁਣ ਤਾਂ ਟਾਈਮ ਹੀ ਨਹੀਂ ਹੁੰਦਾ ਅਗਲੇ ਜਾਂਦੇ ਨੇ ਦੋ ਘੰਟਿਆਂ ਬਾਅਦ ਪਿਛਾ ਜਾਣਾ
ਨੌਕਾ ਪੀ ਲੈਣਾ, ਉੱਥੇ ਰੋਟੀ ਟੂਟਾ ਖਾ ਕੇ ਪੈ ਲੈਣਾ। ਲਫੰਗੇ ਨੀ ਚਲੀ ਜਾਂਦੇ, ਹੁਣ ਤਾਂ ਜਾਂਦੀ ਲਫੰਗੇ, ਹੁਣ ਤਾਂ ਵਡੇਰਾ ਕੋਈ ਵੀ ਨੀ ਜਾਂਦਾ। ਔਰ ਲੈ ਮੈਂ ਆਵਾਜ਼ ਚੱਲਦੇ ਨਵਾ ਦੇ, ਕੋਈ ਨੀ ਪੁੱਤਰ ਜਾਂਦਾ। ਹੁਣ ਤਾਂ ਵਡੇਰਾ ਘੱਟ ਹੀ ਜਾਂਦੇ ਨੇ, ਛੋਰ ਛੱਕਰ ਜਾਂਦੇ ਨੇ, ਗੱਡੀਆਂ ਕਰਾ ਲੈਂਦੇ ਨੇ, ਅੱਗੇ ਹੀ ਜਾਂਦੇ। ਉਦੋਂ ਤਾਂ ਵੱਡੇ 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 ਵਡੇਰੇ ਜਾਂਦੇ ਤੇ ਦੋ ਦੋ ਦਿਨ ਅਗਲੇ ਉਹ ਜਿਹੜਾ ਉਹਨੂੰ ਫਿਰ ਪਿਛਾ ਦੀ ਫਿਕਰ ਪਿਛਲਾ। ਆਹੋ ਆਹੋ ਆਹੋ, ਵਿਹਲੇ ਹੁੰਦੇ ਸਨ ਵੱਡੇ ਵਡੇਰੇ ਹੁੰਦੇ, ਆਰਾਮ ਨਾਲ ਬੈਠੇ ਕੱਪ ਪੀ ਲਿਆ ਰੋਟੀ ਪਾਣੀ, ਤੇ ਰੋਟੀ ਪਾਣੀ ਕੀ ਖਵਾਉਂਦੇ ਸਨ? ਕੋਈ ਚਾਵਲ ਨਹੀਂ ਖਵਾਤੇ, ਕਦੇ ਗੋਸ਼ਤ, ਨਾ ਕੁਕੜੀ ਦਾ ਗੋਸ਼ਤ ਹੀ ਨਹੀਂ ਸੀਂਦਾ। ਹੋਰ ਕਿਹੜਾ ਗੋਸ਼ਤ ਦਾ ਕਰਨਾ, ਜਾਂ ਬੱਕਰੇ ਦਾ ਕਰਨਾ, ਜਾਂ ਛੱਤਰੇ ਦਾ ਕਰਨਾ? ਕੱਟਾ ਕੱਟਾ ਹੀ ਕਰਦੇ ਸੀ। ਕੱਟਾ ਸਹੀ ਸੀ ਨਾ, ਬੱਕਰਾ ਉਦੋਂ ਹੀ ਮਹਿੰਗਾ ਹੀ ਹੋਣਾ ਤੇ ਕੱਟਾ ਆਮ ਹੋਣਾ। ਹਾਂ, ਕੱਟੇ ਆਮ ਸੀ। ਤੇ ਮੁਰਗੇ ਦਾ ਤਾਂ ਕੋਈ ਵੀ ਨਹੀਂ ਖਾਂਦਾ। ਆ ਮੁਰਗਾ ਤਾਂ ਪਾਕਿਸਤਾਨ ਜਾ ਕੇ ਦੇਖਿਆ, ਉਹ ਹੁਣ ਕਿਤੇ ਦਸਾਂ ਵੀਆਂ ਸਾਲਾਂ ਦੀ ਮੁਰਗਾ ਪਹਿਲੋ ਕੱਟਾ ਹੀ ਕਰਦੇ ਸਨ। ਕੱਟਾ ਹੀ ਕਰਦੇ ਸੀ ਅਸੀਂ, ਆ ਜਦੋਂ ਛੋਟੇ ਛੋਟੇ ਹੁੰਦੇ ਸੀ ਕਿਸੇ ਵਿਆਹ 'ਚ ਨਹੀਂ ਮੁਰਗਾ ਕਦੀ ਵੇਖਿਆ, ਕੱਟਾ ਹੀ ਲੋਕ ਕਰਦੇ ਸੀ, ਕੱਟਾ ਹੀ। ਉਹ ਗੱਲ ਕਰਨੀ ਆ ਪਈ, ਮੈਂ ਕੁਰਬਾਨੀ ਦੇਣੀ ਕੱਟੇ ਦੀ, ਹਾਂਜੀ, ਜਾ ਦੇਣੀ ਬੱਕਰੇ ਦੀ, ਜਾ ਦੇਣੀ ਛੱਤਰੇ ਦੀ, ਤੇ ਗਾਂ ਕੋਈ ਕਰਦਾ ਹੀ ਨਹੀਂ ਸੀ। ਗੱਡ ਵੀ ਕੀਤੀ ਜਾਂਦਾ ਤੇ ਗਾਂ ਫਿਰ ਉੱਥੇ ਰੌਲਾ ਜੀ ਪੈ ਜਾਂਦਾ ਸੀ, ਹੈ ਪਾਕਿਸਤਾਨ ਆਜ਼ਾਦ ਜੋ ਅਲੈਦਾ ਤੇ ਉਹ ਤੇ ਤੁਸੀਂ ਕਦੀ ਕਿਸੇ ਵੇਖਿਆ ਕਿਸੇ ਸਿੱਖ ਨੂੰ ਤੁਹਾਡੇ ਬਿਨਾਂ ਆਉਂਦੇ ਜਾਂਦੇ ਨੂੰ ਕਿਸੇ ਨੂੰ ਕਦੀ 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 ਵੇਖਿਆ ਹੋਵੇ ਤੁਸੀਂ ਆਸੇ ਪਾਸੇ? ਅਸੀਂ ਵਿਆਹ ਜਾਈ ਦੇ ਵਿਆਹ ਸ਼ਾਦੀ ਜਾਈ ਦਾ ਆਈਦਾ ਸੀ। ਅੱਛਾ, ਤੇ ਹੋਰ ਆ ਸਿੱਖਾਂ ਦੇ? ਸਿੱਖਾਂ ਦੇ ਤੇ ਹੋਰ ਆ। ਅੱਛਾ, ਸਿੱਖਣੀਆਂ ਤੁਹਾਡੀ ਕੋਈ ਬੇਲੀ ਸੇ ਜਾਂਦੇ, ਸਾਰੇ ਆਉਂਦੇ ਜਾਂਦੇ ਸੀ? ਤੁਹਾਡੀ ਕੋਈ ਸਹੇਲੀ ਆਇਆ ਸੀ ਉੱਥੇ? ਕੋਈ ਸਹੇਲੀਆਂ ਬਤੇਰੀਆਂ ਸੀ, ਬੁੜੀਆਂ ਬੜੀਆਂ ਮਰ ਗਈਆਂ ਹੁੰਦੀਆਂ ਉਹ ਕਿੱਥੋਂ, ਤੇ ਕਿਸੇ ਦਾ ਨਾਂ ਨਹੀਂ ਯਾਦ? ਨਹੀਂ, ਕੋਈ ਨਾ ਯਾਦ। ਤੇ ਉਹ ਵੀ ਨਿੱਕੇ ਨਿੱਕੇ ਹੋਣੀਆਂ ਨੇ ਉਦੋਂ? ਹਾਂ। ਤੁਸੀਂ ਖੇਡਦੀਆਂ ਖੁੱਡੀਆਂ ਹੋਵੋਗੇ? ਖੇਡ ਕੀ ਖੇਡਦੀਆਂ ਕੀ ਸੀ? ਆਉਂਦੀਆਂ ਸੀ ਵਿਆਹ ਤੇ ਜਾਣਾ, ਉਹਨਾਂ ਨੇ ਵਿਆਹ ਤੇ ਜਾਣਾ। ਤੇ ਖੇਡਾਂ ਖੁੱਡਾਂ ਕੀ ਖੇਡਦੀਆਂ ਸੀ ਤੁਸੀਂ? ਗੋਡਾ ਕੀ ਖੇਡਣੀਆਂ, ਗੁੱਡੀਆਂ ਪਟੋਲੇ, ਗੁੱਡੀਆਂ ਦੇ ਵਿਆਹ ਕਰਦੀਆਂ ਹੋਵੋਗੇ। ਹੁਣ ਤਾਂ ਉਹ ਕੋਈ ਵੀ ਨਹੀਂ, ਗੁੱਡੀਆਂ ਗੱਡੀਆਂ ਵਾਲਾ ਗੱਲ ਹੀ ਕੋਈ ਨਹੀਂ। ਗੁੱਡੀਆਂ ਗੱਡੀਆਂ ਆਈ, ਗੱਲ ਹੀ ਮੁੱਕ ਗਈ। ਪਹਿਲੇ ਤਾਂ ਲੋਕ ਗੁੱਡੀਆਂ ਦੇ ਕੁੜੀਆਂ ਵਿਆਹ ਉਹ ਕਰਦੀਆਂ ਸਨ, ਗੁੱਡੀਆਂ ਦੀ ਪੂਰੀ ਜਾਂਚ ਜਾਂਦੀ। ਚਲੋ ਜੀ, ਬੜੇ ਸਾਦੇ ਦੌਰ ਸੀ, ਸੋਹਣੇ ਦੌਰ ਸੀ, ਪਿਆਰ ਮੁਹੱਬਤ ਸੀ ਲੋਕਾਂ ਦਾ ਬੜਾ। ਤੇ ਬਸ ਉਹ ਜਦੋਂ ਉਜਾੜੇ ਪਏ ਨੇ ਉਦੋਂ ਹੀ ਕੋਈ ਜ਼ੁਲਮ ਹੋਇਆ ਲੋਕਾਂ ਨੇ ਬੜਾ ਉਦੋਂ। ਤੇ ਉਹ ਤੁਸੀਂ ਜਿਵੇਂ ਦੱਸਦੇ ਜੇ ਵੀ ਲੋਕ ਕਾਂ ਖਾਂਦੇ ਪਏ ਸੀ ਲਾਸ਼ਾਂ ਨੂੰ, ਤੇ ਕੋਈ ਕੋਈ ਦਫਨਾਉਣ ਵਾਲਾ ਕੋਈ ਨਹੀਂ ਸੀ ਪੁੱਤਰ? ਅੱਛਾ, ਮੀਂਹ ਮੂੰਹ ਵੀ ਬੜਾ ਪਿਆ ਸੀ ਉਦੋਂ? ਮੀਂਹ ਵੀ ਬੜਾ ਬੇਤਾਸ਼ਾ, ਇੰਨਾ ਮੀਂਹ ਪੈਂਦਾ ਹੁੰਦਾ ਸੀ, ਲੋਕ ਆਉਂਦੇ ਸੀ ਵੀ ਅੱਲਾ ਤੂੰ ਮਾਫ ਕਰ, ਅੱਲਾ ਤੂੰ ਮਾਫ ਕਰ। ਅੱਛਾ, ਐਡਾ ਐਡਾ ਪਾਣੀ, ਲੋਕ ਸੁਣਿਆ ਦੱਸਦੇ ਨਹਿਰਾਂ ਚ ਲਾਲ ਲਾਲ ਸੂਹੀਆਂ ਨਹਿਰਾਂ ਤੇ ਪਾਣੀ, ਦਰਿਆਵਾਂ ਦੇ ਲਾਲ ਸੁਰ ਲਾਸ਼ਾਂ ਦੇ ਵਿੱਚ ਐਵੇਂ, ਤੇ ਉਹ ਬੇਬੇ ਸਾੜੀ ਬਾਹਰ ਨੇੜੇ ਨੇ ਵੰਡਿਆ ਦੇ ਵਿੱਚ ਸੜ ਦੇ, ਓਏ ਹੋਏ ਹੋਏ, ਜੇ ਬਾਹਰ ਨੇ ਤੇ ਬਾਹਰ ਕਾਵਾਂ ਖਿੱਚਣੇ, ਕੁੱਤਿਆਂ ਖਿੱਚਣੇ। ਬੇਬੇ ਸਾੜੀ ਦੱਸਦੀ ਵੀ ਉਹ ਮਾਈਆਂ ਨੇ ਬੁੜੀਆਂ ਨੇ ਆਪਦੇ ਬਾਲ ਸੱਟੇ ਵਿੱਚ ਨਹਿਰਾਂ ਦੇ ਜਾਨ ਬਚਾਉਣ ਵਾਸਤੇ। ਇੱਕ ਬੰਦਾ ਦੱਸਦਾ ਵੀ ਉਹ ਐਈ ਮਾਰਦੇ ਸਨ ਬਾਲ ਨੂੰ ਸੜ ਕੇ ਉਤਾਂ, ਤੇ ਥੱਲੋਂ ਨੇਜ਼ਾ ਮਾਰਦੇ ਸਨ, ਨੇਜ਼ੇ ਤੇ ਟੰਗਿਆ ਜਾਂਦਾ ਸੀ। ਸਾਡੇ ਸੁਲਤਾਨ ਖਾਨ ਵਿੱਚ ਦੋ ਕੁੜੀਆਂ ਸੀ, ਬੜੀਆਂ ਸੋਹਣੀਆਂ, ਉੱਚੀਆਂ ਲੰਮੀਆਂ, ਕੁਆਰੀਆਂ ਸੀ, ਉਹ ਨਾ ਰੱਖ ਲਈਆਂ। ਫਿਰ ਇੱਥੇ 2-2.5 ਸਾਲ ਇੱਥੇ ਬੈਠੇ ਹੋ ਗਿਆ, ਜਿੱਥੇ ਤੁਸੀਂ 52 ਚ, ਤੇ ਇਹਨਾਂ ਦੀਆਂ ਸੀ। ਅੱਛਾ, ਫਿਰ ਇਹਨਾਂ ਨੇ ਜਾ ਕੇ ਮਿੰਟਰੀ ਨਾਲ ਲਿਆਂਦੀਆਂ, ਤੇ ਇੱਕ ਨੂੰ ਤਾਂ ਉੱਥੇ ਕੁੜੀ ਜੰਮੀ ਜੱਟਾਂ ਦੀ, ਇੱਕ ਕੋਈ ਕੋਈ ਨਹੀਂ ਸੀ। ਸੁਲਤਾਨ ਖਾਂ ਜੀ ਉਹਨਾਂ ਨੇ ਉੱਥੋਂ ਉਹਨਾਂ ਨੇ ਖੋਹ ਲਈਆਂ ਹੋਣੀਆਂ ਨਾ। ਅੱਛਾ ਅੱਛਾ, ਸਿੱਖਾਂ ਨੇ। ਚਲੋ ਜੀ, ਤੁਸੀਂ ਬੇਬੇ ਜੀ ਦਾ ਇੰਟਰਵਿਊ ਦੇਖਿਆ, ਬੇਬੇ ਜੀ ਮੰਨਾ ਬੀਬੀ ਤੇ ਪਿੰਡ ਸ਼ੇਰ ਖਾਨ ਮਿਸ਼ਰੀ ਵਾਲੇ 'ਚੋਂ ਉੱਠ ਕੇ, ਤੇ ਪਿੰਡ ਸ਼ੇਰ ਖਾਨ ਮਿਸ਼ਰੀ ਵਾਲੇ 'ਚੋਂ ਉੱਠ ਕੇ ਆਏ ਨੇ, ਪਿੰਡ ਵੀਰਮ ਤਹਿਸੀਲ ਪੱਤੋਗੀ ਜ਼ਿਲ੍ਹਾ ਕਸੂਰ, ਅਤੇ ਇਹਨਾਂ ਨੇ ਸਾਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਉੱਧਰ ਦੀਆਂ। ਅਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਅਤੇ ਅੰਮਾ ਜੀ ਨੂੰ, ਅੰਮਾ ਜੀ ਦਾ ਪਿੰਡ ਅਸੀਂ ਵਿਖਾਉਣਾ ਹੈ ਲਾਜ਼ਮੀ, ਇਹਨਾਂ ਦਾ ਘਰ ਵੀ ਵਿਖਾਉਣਾ ਹੈ। ਪਿੰਡ ਦੇ ਵਿਚਾਲੇ ਘਰ ਸੀ, ਛੱਪੜ ਦੇ ਕੋਲੇ ਸੀ, ਮਤਲਬ ਕਿੱਲਾ ਕੁ ਪੰਧ ਸੀ। ਅੱਛਾ, ਅਤੇ ਕਨਾਲ ਦੀ ਹਵੇਲੀ ਸੀ, ਵਿਹੜੇ 'ਚ ਕੀ ਟਾਹਲੀ ਲੱਗੀ ਸੀ, ਕਿਡਵਾ ਵੱਡੀ ਸਾਰੀ ਸੀ,
अच्छा आसे पासे एक और निशानी दसो सानू। और एक डेरा सी साडे नाल। अच्छा ਉੱਥੇ ਆ ਪੁਲਿਸ ਪੁਲਿਸ ਆਇਆ ਆਉਂਦੇ ਜਾਂਦੇ ਸਰਕਾਰੀ ਡੇਰਾ ਸੀ ਤੁਹਾਡੇ ਨਾਲ ਸਰਕਾਰੀ ਡੇਰਾ ਸੀ ਅੱਛਾ ਅੱਛਾ ਇਹ ਤੁਹਾਡੇ ਘਰ ਦੇ ਕਿੰਨਾ ਕੁ ਦੂਰ ਸੀ ਉਹੀ ਨੀ ਕੰਧ ਸਾਂਝੀ ਆ ਸਾਡੀ ਕੰਧ ਤੇ ਵਿੱਚ ਗਲੀ ਲੰਘਣ ਵਿੱਚ ਪਰ ਡੇਰਾ ਅੱਛਾ ਇਹ ਤੁਹਾਡੇ ਘਰ ਦੇ ਕੋਲੇ ਸੀ ਡੇਰਾ ਲਓ ਜੀ ਲੋਕੇਸ਼ਨ ਤੁਸੀਂ ਵੇਖ ਲਈਏ ਤੇ ਸਾਡਾ ਨੰਬਰ ਸਕਰੀਨ ਤੇ ਚੱਲਦਾ ਪਿਆ ਤੇ ਸਾਨੂੰ ਤੁਸੀਂ ਵਿਖਾਉਣਾ ਆ ਅੰਮਾ ਜੀ ਦਾ ਘਰ ਤੇ ਅੰਮਾ ਜੀ ਬੜੀ ਖੁਸ਼ ਹੋਣਗੇ ਤੁਸੀਂ ਇਹਨਾਂ ਦਾ ਘਰ ਖਾਓਗੇ ਤੇ ਹੁਣ ਅਸੀਂ ਜਲਦ ਚਾਹੁੰਦੇ ਹਾਂ ਅੱਲਾ ਹਾਫਿਜ਼।